ਅਤੇ ਸੈਟਰਡੇ ਨੂੰ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ ਮਹੱਤਵਪੂਰਨ ਵਿਸ਼ਿਆਂ ਤੇ ਗੱਲਬਾਤ ਹੁੰਦੀ ਹੈ ਹੋਵੇ ਭਾਵੇਂ ਪੋਲਿਟਿਕ ਸਪੋਰਟਸ ਲਾਈਫਸਟਾਈਲ ਹੈਲਥ ਇਕਨੋਮਿਕਸ ਜਾਂ ਫਿਰ ਸਪਿਰਚੁਅਲਿਟੀ ਹਰ ਰੋਜ਼ ਤੁਹਾਡੇ ਨਾਲ ਤੁਹਾਡੇ ਘਰਾਂ ਚ ਆ ਕੇ ਅਸੀਂ ਟੈਲੀਵਿਜ਼ਨ ਦੇ ਜ਼ਰੀਏ ਗੱਲਬਾਤ ਕਰਦੇ ਹਾਂ ਅੱਜ ਤੁਹਾਡੇ ਨਾਲ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਦੀ ਸਾਡੀ ਕਮਿਊਨਿਟੀ ਵਿੱਚ ਬਹੁਤ ਲੋੜ ਹੈ ਅਤੇ ਇਸ ਦਾ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਪਿਕਸ ਵੱਲੋਂ ਆਓ ਇਸੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਮਿਸਟਰ ਚਰਨਪਾਲ ਗਿੱਲ ਜਿਹੜੇ ਕਿਸ ਆਰ ਅਸਿਸਟੈਂਟ ਲਿਵਿੰਗ ਤੁਸੀਂ ਸ਼ੁਰੂ ਕੀਤੀ ਉਸ ਤੋਂ ਇਲਾਵਾ ਤੁਹਾਡੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਮੀਗ੍ਰੈਂਟਸ ਨੂੰ ਤੁਸੀਂ ਮਦਦ ਕਰਦੇ ਹੋ ਪਰ ਜੋ ਜੋ ਬੰਦਾ ਬਜ਼ੁਰਗ ਹੋ ਜਾਂਦਾ ਉਹਨਾਂ ਨੂੰ ਲੋੜ ਹੁੰਦੀ ਏ ਤੇ ਪਿਛਲੇ ਸਮੇਂ ਦੌਰਾਨ ਜਿਹੜਾ ਤੁਹਾਡਾ ਇਸ ਸਮੇਂ ਜੋ ਸੈਂਟਰ ਚੱਲ ਰਿਹਾ ਜਿੱਥੇ ਕਿ ਬਹੁਤ ਸਾਰੇ ਲੋਕ ਉਸ ਦਾ ਫਾਇਦਾ ਲੈ ਰਹੇ ਨੇ ਹੁਣ ਤੁਸੀਂ ਫੋਕਸ ਕਰ ਰਹੇ ਹੋਗੇ ਲੋਗ ਟਰਮ ਕੇਅਰ ਦੇ ਉੱਤੇ ਕਿਉਂ ਤੁਸੀਂ ਜ਼ਰੂਰਤ ਸਮਝ ਦੁੱਸਦੀ ਹੈਗੀ ਹੈ ਜੀ ਇੱਕ ਤਾਂ ਇਹ ਹੈ ਜੀ ਸਾਡੇ ਪਾਸ ਲੋਨ ਮੈਨ ਲੈਂਡ ਦੇ ਵਿੱਚ 125 ਜਾਂ 30 ਬੰਦੇ ਕਈ ਤਾਂ ਹਸਾਲ ਜੇ ਅਡੇ ਬੈਠੇ ਆ ਐਕਸੀਡੈਂਟ ਕੇਅਰ 'ਚ ਜੀ ਕਈ ਅਰੇਬੇ ਤੇ ਆਠਾઠા ਬੈਠੇ ਆ ਸਾਡੇ ਬਜ਼ੁਰਗ ਉਹਨਾਂ ਨੂੰ ਨਾ ਤਾਂ ਰੋਟੀ ਰੋਕ ਮਿਲਦਾ ਨਾ ਕੋਈ ਪੰਜਾਬੀ ਦੀ ਗੱਲ ਕਰਦਾ ਨਾ ਹਿੰਦੀ ਦੀ ਗੱਲ ਕਰਦਾ ਜੀ ਉਹ ਬਹੁਤ ਦੁਖੀ ਨੇ ਉਹ 125 30 ਬੰਦੇ ਜਿਹੜੇ ਹੈਗੇ ਨੇ ਉਹਨਾਂ ਲਈ ਅਸੀਂ ਜਗ੍ਹਾ ਬਣਾਉਣੀ ਚਾਹੁੰਦੇ ਆ ਵੀ ਅਸੀਂ ਲੈ ਆਈਏ ਉਹਨਾਂ ਦੀ ਸੇਵਾ ਕਰੀਏ ਜਿਹੜੀ ਉਹਨਾਂ ਦੀ ਪ੍ਰਾਣੀ ਪਿਛਲੀ ਉਮਰ ਆ ਸਾਰੇ ਉਮਰ ਉਹਨਾਂ ਨੇ ਕੰਮ ਕੀਤਾ ਬੱਚੇ ਪਾਲੇ ਆ ਕੰਮ ਕੀਤਾ ਕਮਿਊਨਿਟੀ ਨੂੰ ਦੇਣ ਦਿੱਤੀ ਹੈ ਵੀ ਉਹ ਸੁਖੀ ਜਿੰਦਗੀ ਬਸਣ ਠੀਕ ਹੈ ਇੱਕ ਤਾਂ ਇਹ ਇਹ ਮੋਟੀਵੇਸ਼ਨ ਹੈ ਦੂਜਾ ਇਹ ਹੈ ਜੋ ਸਾਨੂੰ ਪਤਾ ਲੱਗਿਆ ਸੀ ਕਿ ਲਿਵਿੰਗ ਸਾਨੂੰ ਚਲਾਉਂਦੇ ਪੰਜ 6 ਸਾਲ ਹੋ ਗਏ ਜੀ ਸਾਡੇ ਕੋਲੇ ਜਿਹੜੇ ਬੰਦੇ ਰਹਿੰਦੇ ਨੇ ਜਦੋਂ ਜਿਆਦਾ ਹੋ ਜਾਂਦੇ ਨੇ ਬਿਮਾਰ ਉਹ ਲੌਂਗ ਟਰਮ ਜਾਂਦੇ ਨੇ ਠੀਕ ਉਹ ਲੌਂਗ ਟਰਮ 'ਚ ਸਾਰਾ ਸਟੈਟਸ ਰਿਕ ਕਰਕੇ ਉਹ ਤਾਂ ਕੋਲੇ ਹੈਲਥ ਕਾਰੀ ਕੋਲੇ ਉਹ ਸਾਡੇ ਬੰਦੇ 3 ਮਹੀਨੇ ਦੇ ਵਿੱਚ ਹੀ ਸੁਰਗ ਹੋ ਜਾਂਦੇ ਨੇ ਸੁਰਗਵਾਸ ਹੋ ਜਾਂਦੇ ਆ ਉਹ ਰੀਜ਼ਨ ਕੀ ਹੈ ਜੀ ਇੱਕ ਤਾਂ ਉਹਨਾਂ ਨੂੰ ਉਹ ਕੇਅਰ ਨਹੀਂ ਉਹ ਮਿਲਦੀ ਰੋਟੀ ਟੁਕਰੀ ਨਹੀਂ ਮਿਲਦਾ ਇਕੋ 10 ਵਜੇ ਦੇ ਵਿੱਚ ਇਨਵਾਇਰਨਮੈਂਟ ਜਿਹੜਾ ਵੱਖਰਾ ਪਾਤਾਵਨ ਬਹੁਤ ਵੱਖਰਾ ਉਹ 10 ਹੋ ਕੇ ਦਿੱਲੀ ਛੱਡ ਦਿੰਦੇ ਆ ਕਿ ਮੈਂ ਕਰਨਾ ਕੀ ਹੈ ਜ਼ਿੰਦਗੀ ਚ ਹੁਣ ਮੰਜਾਲ ਦਿਓ ਠੀਕ ਵੀ ਸਾਨੂੰ ਰੱਬ ਸਾਦਲਵੇ ਉੱਤੇ ਉਹ ਕਰਕੇ ਅਸੀਂ ਸਾਰੇ ਸਟਾਇਲ ਆ ਕੇ ਇਹਨਾਂ ਕੋਲ ਆ ਕੇ ਹੈਲਥ ਥਾਰਡੀ ਕੋਲੇ ਜੀ ਹੈਲਥ ਥਾਰਡੀ ਨੇ ਕਿਹਾ ਵੀ ਗੱਲ ਸੁਣੋ ਆ ਗੱਲ ਹੈ ਹੂੰ ਹੂੰ ਪਿੱਛੇ ਜੀ ਇੱਕ ਤੁਹਾਨੂੰ ਗਲਤੀ ਵੀ ਹੋਈ ਸੀ ਸਾਡੇ ਬਿਊਟੀ ਦੀ ਤੁਸੀਂ ਦਾੜੀ ਮੰੰਤੀ ਸੀ ਹੂੰ ਹੂੰ ਵੀ ਉਹ ਤੁਸੀਂ ਇਹ ਜਿਹੜੇ ਕਲਚਰਲੀ ਸੈਂਸਿਟਿਵ ਇਹ ਹੋਮ ਹੋਣਾ ਚਾਹੀਦਾ ਹੈ ਇਮੀਗ੍ਰੈਂਟਾਂ ਲਈ ਹੂੰ ਹੂੰ ਆਹ ਉਹ ਮਲਟੀਕਲਚਰਲ ਸੀਨੀਅਰ ਹੋਮ ਹੋਣਾ ਹੈ ਲੌਂਗ ਟਰਮ ਕੇਅਰ ਮਲਟੀਕਲ ਸਾਰੀਆਂ ਕਲਚਰਾਂ ਨੂੰ ਅਸੀਂ ਜੀ ਆਇਆਂ ਕਹਾਂਗੇ ਇਕੱਲੇ ਪੰਜਾਬੀਆਂ ਲਈ ਨਹੀਂ ਪਰ ਹਰ ਕਲਚਰ ਦੀ ਰਿਸਪੈਕਟ ਕਰਾਂਗੇ ਠੀਕ ਹੈ ਜੇ ਕੋਈ ਹਲਾਲ ਖਾਣਾ ਚਾਹੁੰਦਾ ਉਹਨੂੰ ਹਲਾਲ ਦੇਵਾਂਗੇ ਜੇ ਕੋਈ ਰੋਟੀ ਤੋਂ ਖਾਣਾ ਚਾਹੁੰਦਾ ਦਾਲ ਰੋਟੀ ਉਹ ਉਹ ਦੇਾਂਗੇ ਜੇ ਮੀਠ ਖਾਣ ਦਾ ਮੀਠ ਦੇਾਂਗੇ ਇਹ ਜਾਂਦੀ ਉਹਨਾਂ ਦੀ ਲੋੜ ਦੇ ਮੁਤਾਬਕ ਅਸੀਂ ਢਾਲ ਦੇਾਂਗੇ ਸਾਰੇ ਪ੍ਰੋਗਰਾਮ ਨੂੰ ਰਾਈਟ ਇਹ ਬਹੁਤ ਵੱਡੀ ਲੋੜ ਹੈ ਚੀਨ ਚਾਈਨੀਜ਼ ਨੇ ਆਪਦਾ ਬਣਾ ਲਿਆ ਹੋਰ ਜਾਤੀ ਜਿਹੜੇ ਪਹਿਲਾਂ ਆਏ ਨੇ ਉਹਨਾਂ ਨੇ ਬਣਾਇਆ ਹੋਇਆ ਅੱਛਾ ਜੀ ਸਾਡੇ ਕੋਲੇ ਮੇਰੇ ਕੋ ਬਹੁਤ ਲੋਕ ਆਉਂਦੇ ਨੇ ਫਿਰ ਇੱਕ ਹੋਰ ਵੱਡੀ ਗੱਲ ਹੈ ਐਲਜ਼ੈਮਰ ਦੀ ਬਿਮਾਰੀ ਬਹੁਤ ਵੱਧ ਗਈ ਹੈ ਜਿਹੜੇ ਡਿਮੈਂਸ਼ੀਆ ਲੋਕਾਂ ਵਿੱਚ ਬਹੁਤ ਆ ਗਿਆ ਹੁਣ ਅਸੀਂ ਡਿਮੈਂਸ਼ੀਆ ਲਈ ਅਸੀਂ ਉਹ ਪ੍ਰਪੋਜ਼ ਦਿੱਤੀ ਉਹਨਾਂ ਨੂੰ ਵੀ 10 ਤੋਂ 15 ਰੂਮ ਅਸੀਂ ਉੱਪਰ ਬਣਾਵਾਂਗੇ ਜਿਹੜੇ ਵਿਚਾਲੇ ਬਣਾਵਾਂਗੇ ਕਿਚਨ ਹੋ ਆਹ ਨਾਲ ਸਰਕਲ ਹੋ ਠੀਕ ਹੈ ਤੁਰ ਨੂੰ ਉਹਨਾਂ ਨੂੰ ਉਹ ਤੁਰ ਸਕਣਗੇ ਪਰ ਉਹ ਲੌਕ ਐਂਡ ਕੀ ਹੋਊਗਾ ਬਾਹਰ ਨਹੀਂ ਨਿਕਲ ਸਕਦੇ ਜਿਹਨਾਂ ਚਿਰ ਬੰਦੇ ਨੇ ਉਹਨਾਂ ਨੂੰ ਖੋਲ ਦੇਣੀ ਠੀਕ ਹੈ ਕਿਉਂਕਿ ਡਿਮੈਂਸ਼ੀਆ ਨੂੰ ਪਤਾ ਹੀ ਨਹੀਂ ਲੱਗੇ ਬਾਹਰ ਨਿਕਲ ਗਏ ਕਾਰਥਲੇ ਆਗੇ ਜਾਂ ਹੋਰ ਆਗੇ ਫਿਰ ਸਾਡੀ ਜਮੂਰ ਲਾਇਬਿਲਟੀ ਸਾਡੀ ਵੱਧਦੀ ਹੈ ਇਹ ਜਿਹੜੇ ਸਾਰੇ ਲੋੜਾ ਨੇ ਮੈਂ ਕਮਿਊਨਿਟੀ ਨੂੰ ਸੱਦਾ ਦਿੰਦਾ ਭਰਾਵੋ ਸਾਰੇ ਭੈਣ ਭਰਾਵੋ ਇਕੱਠੇ ਹੋ ਜਿਓ ਸਾਨੂੰ ਫਿਜੀਨ ਵੀ ਬੰਦੇ ਉੱਥੇ ਆ ਗਏ ਨੇ ਫਿਜੀਨ ਵੱਲੋਂ ਬਹੁਤ ਘਟ ਆ ਰਹੀ ਹੈ ਮਦਦ ਪਾਕਿਸਤਾਨੀ ਬੰਦੇ ਵੀ ਸਾਡੇ ਪਾਸ ਸਕੇ ਨੇ ਪਾਕਿਸਤਾਨ ਵੱਲੋਂ ਵੀ ਉਹ ਮੁਸਲਮਨ ਕਮਿਊਨਿਟੀ ਵੀ ਘਟ ਆ ਰਹੀ ਹੈ ਉਹ ਆਪ ਆਪਣਾ ਬਣਾਉਣਗੇ ਬਣਾ ਲਓ ਜਦੋਂ ਤੁਹਾਡਾ ਟਾਈਮ ਹੋਇਆ ਠੀਕ ਬਹੁਤ ਨੂੰ ਇਹ 25 ਮਿਲੀਅਨ ਦਾ ਪ੍ਰੋਜੈਕਟ ਹੈ ਅੱਛਾ ਜੀ ਇਹਨੂੰ ਬਹੁਤ ਚੋਰ ਲੱਗੂਗਾ 2 ਏਕੜ ਸਾਨੂੰ ਜ਼ਮੀਨ ਚਾਹੀਦੀ ਹੈ ਕਿਤੇ ਓਕੇ 2 ਏਕੜ ਜਿਹੜੀ ਪ੍ਰੋਪਰ ਹੋਵੇ ਮੈਨੂੰ ਕਈ ਬੰਦੇ ਆ ਕੇ ਫੋਨ ਕਰਦੇ ਨੇ ਵੀ ਸਾਰੀ ਐਗਰੀਕਲਚਰ ਜ਼ੋਨ ਹੈ ਜੀ ਉਹ ਤਾਂ ਮੈਂ ਮੇਰੇ ਵੀ 5 ਏਕੜ ਪਏ ਨੇ ਮੈਂ 2 ਏਕੜ ਦੇ ਦਿਆਂ ਠੀਕ ਐਗਰੀਕਲਚਰ ਜ਼ੋਨ ਦੇ 10 15 ਸਾਲ ਲੱਗ ਜਾਣਗੇ ਰਾਈਟ ਇੱਕ ਨਹੀਂ ਸੰਤਾ ਆ 191214 ਦੇ ਵਿੱਚ ਆਰ ਐਫ ਕਿਉ ਕਹਿੰਦੇ ਨੇ ਉਹ ਆਉਣੀ ਹੈ ਓਕੇ ਜਿੰਨਾ ਚਿਰ ਸਾਡੇ ਕੋਲ 2 ਏਕੜ ਨਹੀਂ ਅਸੀਂ ਉਹਦੇ ਅਪਲਾਈ ਵੀ ਨਹੀਂ ਕਰ ਸਕਦੇ ਸੋ ਉਹ ਉਹਦੇ ਵਾਸਤੇ ਜ਼ਰੂਰਤ ਹੈਗੀ ਕਿ ਸਿਰਫ ਅਪਲਾਈ ਕਰਨ ਵਾਸਤੇ 2 ਏਕੜ ਜ਼ਮੀਨ ਤੁਹਾਡੇ ਕੋਲ ਹੋਵੇ ਨੰਬਰ 1 ਸਾਡੇ ਕੋਲ ਲੈਂਡ ਹੋਵੇ ਕਿ ਆ ਵੀ ਆ ਪ੍ਰੋਪਰ ਜ਼ੋਨਿੰਗ ਲੈਂਡ ਹੈਗੀ ਸਾਡੇ ਕੋਲੇ ਓਕੇ ਟਾਈ ਅਪ ਕਰ ਲਈਏ ਅਸੀਂ ਉਹ ਫਿਰ ਸਾਲ ਬਾਅਦ ਫਿਰ ਆਰਫਪੀ ਆਉਂਦਾ ਠੀਕ ਹੈ ਪ੍ਰੋਪੋਜ਼ਲ ਆਉਂਦਾ ਜੀ ਉਹ ਫਿਰ ਉਹ ਅਸੀਂ ਉਹ ਕੰਪੀਟੀਸ਼ਨ ਵੀ ਹੋਊਗਾ ਹੋਰ ਵੀ ਬੰਦੇ ਆਉਣਗੇ ਜੀ ਪਰ ਸਾਨੂੰ ਉਮੀਦ ਹੈ ਸਾਨੂੰ ਹੰਗਾਰਾ ਬਹੁਤ ਵਧੀਆ ਮਿਲਿਆ ਕਿਉਂਕਿ ਅਸੀਂ ਸਿਸਟਰ ਲਿਵਿੰਗ ਚਲਾ ਰਹੇ ਸਾਨੂੰ ਕੁਝ ਐਕਸਪੀਰੀਅੰਸ ਹੈਗਾ ਰਾਈਟ ਪਰ ਜਿਹੜਾ ਐਕਸਪੀਰੀਅੰਸ ਨਹੀਂ ਹੈ ਸਾਨੂੰ ਹੂੰ ਉਥੇ ਡਾਕਟਰਾਂ ਦੀ ਡਵਾਈਜ਼ਰੀ ਕਮੇਟੀ ਬਣਾਈ ਹੈ ਅਸੀਂ ਜੀ ਨਰਸਾਂ ਵੀ ਹੋਣਗੇ ਡਾਕਟਰ ਵੀ ਹੋਣਗੇ ਉਹਦੇ ਲਈ ਅਸੀਂ ਕੀ ਕਰਨਾ ਜਿਹਨੂੰ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਮਿੰਤ ਕਰਕੇ 2 ਸਾਲ ਇਕਾ ਵੀ ਸਾਨੂੰ ਟ੍ਰੇਨ ਦਿਓ 2 ਸਾਲ ਹੀ ਸਾੜੇ ਕੰਮ ਚਲਾ ਦਿਓ ਰਾਈਟ ਫੇਰ ਸਾਨੂੰ ਉਗਾਰਾ ਮਿਲੇਗਾ ਜਿਵੇਂ ਕਿ ਸਾਨੂੰ ਸਭ ਕੁਝ ਜਾਣਦੇ ਆ ਸਾਡੇ ਲੋਕਾਂ ਦੀ ਇਹ ਵੀ ਬੜੀ ਕਾਰ ਹੈ ਉਹ ਕਹਿੰਦੇ ਵੀ ਆ ਮੈਨੂੰ ਨੌਕਰੀ ਦੇ ਤੇ ਮੈਂ ਕਹਿੰਦਾ ਤੇਰੀ ਕੁਆਲਿਫੀਕੇਸ਼ਨ ਨਹੀਂ ਹੈ ਲਓ ਜੀ ਮੈਂ ਕਰ ਸਕਦਾ ਮੈਂ ਸਭ ਕੁਝ ਜਾਣਦਾ ਹੁਣ ਉਹ ਜਿਹੜੀ ਸਾਡੀ ਐਕ੍ਰੈਡੀਟੇਸ਼ਨ ਹੋਣੀ ਹੈ ਰਾਈਟ ਉਹ ਕਹਿੰਦਾ ਵੀ ਇਹਨੂੰ ਇੰਨੀ ਕੁਆਲੀਫਿਕੇਸ਼ਨ ਚਾਹੀਦੀ ਹੈ ਇਹਨੂੰ ਇੰਨੀ ਹੋਣੀ ਚਾਹੀਦੀ ਹੈ ਠੀਕ ਐ ਐਮਐਸਡਬਲਯੂ ਹੋਣਾ ਚਾਹੀਦਾ ਬੀਐਸਡਬਲਯੂ ਹੋਣਾ ਚਾਹੀਦਾ ਐਮਪੀਏ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਉਹ ਕਹਿੰਦਾ ਜੀ ਮੈਂ ਅੱਗੇ ਬਹੁਤ ਕੰਮ ਕੀਤਾ ਮੈਂ ਰਾਈਟ ਸੋ ਬੇਸਿਕਲੀ ਬੜਾ ਟੈਕਨੀਕਲ ਇੱਕ ਫੀਲਡ ਹੈਗੇ ਤੇ ਇੱਥੇ ਕਿ ਤੁਹਾਨੂੰ ਸਾਰੇ ਰੂਲਸ ਐਂਡ ਪ੍ਰੋਸੀਜਰ ਜਿਹੜੇ ਨੇ ਫਾਲੋ ਕਰਕੇ ਚੱਲਣਾ ਪਏ ਹੋਲੇ ਕਰਨ ਪੈਣਗੇ ਨਾਲੇ ਜਿਹੜੇ ਪ੍ਰੋਸੀਜਰ ਜਿਹੜੇ ਹੈਗੇ ਨੇ ਡਿਮਾਂਡ ਕਰਦੀ ਹੈ ਜਿਹੜੀਆਂ ਰਾਈਟ ਜਿਹੜੀਆਂ ਜਥੇਬੰਦੀਆਂ ਨੇ ਠੀਕ ਹੈ ਸੋ 2 ਏਕੜ ਜ਼ਮੀਨ ਪ੍ਰੀ ਰਿਕੁਇਰਿਸਟ ਹੈ ਉਸ ਤੋਂ ਬਾਅਦ ਅਜੀ ਜਾ ਕੇ ਸ਼ੁਰੂਆਤ ਹੋਣੀ ਹੈਗੀ ਹਾਂ ਸੋ ਦੂਸਰੇ ਪਾਸੇ ਚਨਪਾਲ ਜੀ ਆਪਣੀ ਪਾਈਚਾਰੇ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿੰਨੇ ਆ ਕਿ ਬਜ਼ੁਰਗਾਂ ਦੀ ਸੇਵਾ ਦਾ ਜਿਹੜਾ ਕਨਸੈਪਟ ਹੈਗਾ ਕੀ ਤੁਸੀਂ ਸਮਝਦੇ ਹੋ ਕਿ ਉਹ ਅਸੀਂ ਉਸ ਚੀਜ਼ ਤੋਂ ਬਾਹਰ ਨਿਕਲ ਗਏ ਹਾਂ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਇਹ ਲੌਂਗ ਟਰਮ ਕੇਅਰਸ ਵਿੱਚ ਭੇਜ ਦਾਂਗੇ ਜਾਂ ਜਿਸ ਤਰ੍ਹਾਂ ਅਸਿਸਟਡ ਲਿਵਿੰਗ ਦਾ ਵੀ ਤੁਸੀਂ ਜਿਹੜਾ ਚਲਾ ਰਹੇ ਹੋ ਕੀ ਚੈਲੰਜਸ ਕੀ ਦੇਖਿਆ ਤੁਸੀਂ ਉਹ ਚੈਲੰਜ ਹੈ ਨੇ ਸਾਨੂੰ ਥੋੜੇ ਜੇ ਹਾਂ ਹਾਂ ਲੋਕੇ ਸ਼ਰਮੀ ਮੰਨਦੇ ਨੇ ਵੀ ਜੇ ਅਸੀਂ ਉੱਥੇ ਬਜ਼ੁਰਗ ਭੇਜਤਾ ਲੋਕ ਸਾਨੂੰ ਦੂਜੇ ਬੰਦੇ ਕੀ ਕਹਿਣਗੇ ਪਰ ਲੌਂਗ ਟਰਮ ਕੇਅਰ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਪੈਣੀ ਉਹ ਬੰਦੇ ਨੂੰ ਸਾਂਭਣ ਦੀ ਅੱਛਾ ਜੀ ਕਿਵੇਂ ਹੋਊਗੀ ਇੱਕ ਬੰਦਾ ਉੱਥੇ ਚਾਹੀਦਾ ਬੰਦੇ ਹਰ ਵੇਲੇ ਠੀਕ ਲੌਂਗ ਟਰਮ ਕੇਅਰ ਦੀ ਉਹ ਮਜਬੂਰੀ ਹੈ ਨਾ ਜੀ ਕੋਈ ਵੀ ਉਹਨਾਂ ਨੂੰ ਸਾਂਭ ਨਹੀਂ ਸਕਦਾ ਬਜ਼ੁਰਗਾਂ ਨੂੰ ਠੀਕ ਹੈ ਕਿਉਂ ਮੈਡੀਕਲ ਇੰਨੇ ਆ ਦਵਾਈਆਂ ਦੇਣੀਆਂ ਟੀਕਾ ਲਾਉਣਾ ਹੋਰ ਕਰਨਾ ਪੋਤਰੇ ਧੋਣੇ ਇਹਨਾਂ ਕੁਝ ਹੁੰਦਾ ਉਹਨਾਂ ਦਾ ਮੁਸ਼ਕਿਲ ਹੈ ਤੇ ਉਹ ਮੁਸ਼ਕਲਾ ਘਰ ਵਿੱਚ ਰਹਿਣਾ ਉਹ ਚੰਗਾ ਹੈਗਾ ਪਰ ਆਪਣੇ ਬੰਦੇ ਤਾਂ ਮੰਨਦੇ ਲੌਂਗ ਟਰਮ ਕਿ ਇਹ ਨਹੀਂ ਸਮਝ ਜਾਂਦੇ ਬਜ਼ੁਰਗ ਚੰਗੇ ਚਲੇ ਜਾਣ ਫਿਰ ਜੀ ਤੇ ਉਹ ਤਾਂ ਮੰਨਦੇ ਇਸ ਸਿਸਲੇ ਵੀ ਸਾਨੂੰ ਤਕਲੀਫ ਆਈ ਹੈ ਪਰ ਹੁਣ ਜਦੋਂ ਦੇਖਦੇ ਆ ਸਿਸਟਰ ਲੀਬੀ ਦਾ ਘਰ ਥਾਲਾ ਜਾ ਕੇ ਦੇਖਦੇ ਆ ਉਹ ਕਹਿੰਦੇ ਵੀ ਲੋਕ ਕਹਿੰਗੇ ਬਜ਼ੁਰਗ ਡੰਪ ਕਰਦੇ ਕਿ ਉਹ ਘਰ ਦੇ 호텔 ਵਰਗਾ ਜੀ ਜੇ ਲੋ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਸਾਰੀਆਂ ਫੈਸਿਲਿਟੀਆਂ ਇੰਨਾ ਸੋਹਣਾ ਘਰ ਬਣਿਆ ਨਾਲੇ ਵਾਤਾਵਰਣ ਹੋ ਜਾਏ ਜਿੱਦਾਂ ਕਿ ਬਜ਼ੁਰਗ ਆਪਣੀ ਦਿਲ ਖੋਲ ਕੇ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਮੈਂ ਕਹਿੰਦਾ ਬਜ਼ੁਰਗਾਂ ਦੇ ਵਿੱਚ ਅੱਖਾਂ ਜਿਥਰੂ ਆ ਜਾਂਦੇ ਜੋ ਉਹਨਾਂ ਦਾ ਅਸੀਂ ਬਰਥਡੇ ਬਣਾਉਨੇ ਆ ਉਹਨਾਂ ਦੇ ਸਾਰਿਆਂ ਦਾ ਬਰਥਡੇ ਨਹੀਂ ਬਣਾਇਆ ਕਿਸੇ ਨੇ ਠੀਕ ਰਾਈਟ ਸੋ ਹੁਣ ਇਸ ਵਾਸਤੇ ਤੁਸੀਂ ਜਿੱਥੇ ਕਮਿਊਨਿਟੀ ਨੂੰ ਅਪੀਲ ਕਰ ਰਹੇ ਹੋ ਕਿਉਂਕਿ ਇਹ ਤਾਂ ਫੰਡ ਰੇਜ਼ਿੰਗ ਨਾਲ ਹੀ ਕੰਮ ਹੋਏਗਾ ਲੋਕਾਂ ਦੇ ਸਹਿਯੋਗ ਨਾਲ ਹੀ ਹੋਏਗਾ। ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਵੱਡਾ ਪ੍ਰੋਗਰਾਮ ਕਰ ਰਹੇ ਹੋ ਜਿਸ ਵਿੱਚ ਕਿ ਆਮ ਜਨਤਾ ਆ ਸਕਦੀ ਹੈ? 22 ਮਾਰਚ ਨੂੰ ਰਾਇਲ ਕਿੰਗ ਦੇ ਵਿੱਚ ਪਹਿਲੀ ਫੰਡ ਰੇਜ਼ਿੰਗ ਰੱਖਣੀ ਹੈ। ਅੱਛਾ ਜੀ। ਅਸੀਂ ਕਹਿੰਦੇ 1.5-2 ਲੱਖ ਸਾਨੂੰ ਉੱਥੇ ਹੋ ਜਾਏ। ਜੀ। ਸਾਨੂੰ ਹਾਪ ਮਿਲੀਆਂ ਬਣ ਜਾਈ ਹੋਰੀ ਹੋਰੀ। ਹਾਂ ਹਾਂ। ਹਾਪ ਮਿਲਣ ਦੇ ਕੇ ਅਸੀਂ ਕੋਈ ਟਾਈਪ ਪਲਾਨ ਕਰਾਂਗੇ। ਠੀਕ ਹੈ। ਤੇ ਬਾਕੀ ਦੀ ਜਿਹੜੀ ਹੈਗੀ ਸਾਡੇ ਲੋੜ ਬਹੁਤ ਜ਼ਿਆਦਾ ਹੈ ਕਿ ਲੋਕ ਜਿਨ੍ਹਾਂ ਨੂੰ ਸਿਰਦੇ ਪਈਆ ਹੋ ਰਹੇ ਨੇ ਜਿਨ੍ਹਾਂ ਦੇ ਬਜ਼ੁਰਗ ਔਖੇ ਪਏ ਨੇ ਹਸਪਤਾਲਾਂ 'ਚ ਜਿਨ੍ਹਾਂ ਨੂੰ ਨਹੀਂ ਉਹ ਕਹਿੰਦੇ ਚਲ ਕੀ ਹੁੰਦਾ ਖਾਣੀ ਕਈ ਤਾਂ ਲੋਕੀ ਸਮਝਦੇ ਸੀ ਬੁੜੇ ਨਹੀਂ ਹੋਣਾ ਮੈਨੂੰ ਪਤਾ ਮੈਂ ਵੀ ਇਹੀ ਸਮਝਦਾ ਸੀ ਜੋ ਜਵਾਨ ਹੁੰਦਾ ਸੀ ਕਿ ਬੁੜੇ ਕਿੱਥੇ ਹੋਣਾ ਉਹ ਜੋ ਗੋਡੇ ਖੜੀ ਪਤਾ ਲੱਗੇ ਕਦੋਂ ਪਤਾ ਲੱਗਦਾ ਰਾਈਟ ਸ ਵੀ ਇਹ ਸਾਰਾ ਨਹੀਂ ਬੁੜੇ ਹੋਣਾ ਬਿਲਕੁਲ ਸਾਰਾ ਨਹੀਂ ਮਰਨਾ ਕਿ ਸਾਰੇ ਚੀਨੀ ਕਮਿਊਨਿਟੀ ਵਿੱਚ 1 ਮਿਲੀਅਨ ਡਾਲਰ ਇਕੱਠਾ ਕਰ ਲਿਆ ਜਿਹੋ ਇਕੱਠੇ ਹੁੰਦੇ ਆ ਸਾਡੇ ਅਸੀਂ ਕਹਿੰਦੇ ਡੇਡ 2 ਲੱਖੀ ਹੋ ਜੇ ਬਹੁਤ ਅਸ਼ੁਕਰ ਹੈ ਇਧਰ ਲੋਕ ਤੁਰੇ ਨਹੀਂ ਹੈ ਜੇ ਉਹ ਜਿਹੜੇ ਪੈਸੇ ਬਣਾਏ ਨੇ ਜਿਹੜੀ ਫਰਸਟ ਜਨਰੇਸ਼ਨ ਨੇ ਉਹ ਜੇਬ ਚੀ ਪਾਈ ਜੇ ਖਾਨੂੰ ਇਹ ਨਾਲ ਲੈ ਕੇ ਜਾਵਾਂਗੇ ਉੱਥੇ ਲੇਕਿਨ ਇਹ ਤਾਂ ਹਮੇਸ਼ਾ ਸਦੀਆਂ ਵਾਸਤੇ ਜੀ ਇੱਕ ਇਸਟੈਬਲਿਸ਼ ਹੋ ਜਾਏਗੀ ਇੰਸਟੀਟਿਊਸ਼ਨ ਜਿਹਦਾ ਕਿ ਸਾਰੇ ਬੈਨੀਫਿਟਸ ਲੈ ਸਕਣਗੇ 22 ਮਾਰਚ ਨੂੰ ਰਾਇਲ ਕਿੰਗ ਪੈਲੇਸ ਪਲਾਜ਼ਾ ਜਿਹੜਾ ਕਿ ਸਰੀ ਵਿੱਚ ਹੈ ਉੱਥੇ ਤੁਸੀਂ ਪਹਿਲਾ ਫੰਡ ਰਾਈਜ਼ਿੰਗ ਡਿਨਰ ਕਰ ਰਹੇ ਹੋ ਮਲਟੀ ਕਲਚਰਲ ਹੈ ਸਾਰਿਆਂ ਨੂੰ ਅ ਪੀ ਅਸੀਂ ਧਾਰਮਿਕ ਬڑے ਗੁਰਦੁਆਰੇ ਬਣਾ ਲਏ ਠੀਕ ਪੋਲਿਟਿਸ਼ੀਨ ਚ ਬੜੇ ਭੱਜੇ ਫਿਰਦੇ ਹਰੇਕ ਤਿਆਰ ਇਲੈਕਸ਼ਨ ਲੜਨ ਨੂੰ ਇਧਰ ਆ ਕੇ ਨਾ ਰਹੋ ਕੋਈ ਮਾੜੀ ਮੋਟੀ ਸੇਵਾ ਕਰੋ ਕਿੱਲੇ ਅਸੀਂ ਮੈਂ ਨਹੀਂ ਬਣਾ ਸਕਦਾ ਸਾਰਿਆਂ ਨੇ ਇਕੱਠੇ ਹੋ ਕੇ ਕਰਨਾ ਬਿਲਕੁਲ ਜੀ ਐਂਡ ਜਿਹੜੀ ਤੁਸੀਂ ਅਪੀਲ ਕਰ ਰਹੇ ਹੋ ਪਹਿਲਾਂ ਵੀ ਤੁਸੀਂ ਅਪੀਲਾਂ ਕੀਤੀਆਂ ਲੋਕਾਂ ਨੇ ਸੁਣੀਆਂ ਆਸ ਕਰਦੇ ਹਾਂ ਕਿ ਇਸ ਵਾਰ ਵੀ ਵੱ ਚੜ ਕੇ ਲੋਕ 22 ਤਰੀਕ ਨੂੰ ਆਣਗੇ ਅਤੇ ਕੋਈ ਵੀ ਜਿਹੜੀ ਜਾਣਕਾਰੀ ਲੈਣੀ ਹੈ ਉਹ ਤੁਹਾਡੇ ਦਫ਼ਤਰ ਫੋਨ ਕਰਕੇ ਹੋਰ ਇਨਫੋਰਮੇਸ਼ਨ ਲੈ ਸਕ 5967722 ਆਈਡੀ ਕੋਡ 604 ਜਦੋਂ ਮਰਜੀ ਮੈਨੂੰ ਫੋਨ ਕਰੋ ਅਸੀਂ ਤੁਹਾਡੇ ਲਈ ਟਿਕਟ ਪਚਾਵਾਂਗੇ ਟਿਕਟ ਛਪਗੇ ਨੇ ਟਿਕਟ ਵੀ ਪਚਾਵਾਂਗੇ 100 ਡਾਲਰ ਦੇ ਕਿਤੇ ਜਾਂ ਤੁਸੀਂ ਉੱਥੇ ਆ ਕੇ ਲੈ ਵੀ ਸਕਦੇ ਹੋ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਸ਼ੁਭ ਕਾਮਨਾਵਾਂ ਕਿ ਤੁਸੀਂ ਇੱਕ ਹੋਰ ਨਵਾਂ ਬੀਜ ਲਾਂਚ ਜਾ ਰਹੇ ਹੋ ਯਕੀਨਨ ਤੌਰ ਤੇ ਇੱਕ ਦਿਨੇ ਚੰਗਾ ਪੇੜ ਬਣੇਗਾ ਧੰਨਵਾਦ ਬੈਸਟ وی